14ਵਾਂ ਟਰੱਕ ਸ੍ਰੀ ਕਾਲੀ ਮਾਤਾ ਮੰਦਿਰ ਤੇ ਕਮੇਟੀ ਪ੍ਰਬੰਧਕਾਂ ਤੇ ਹਲਕਾ ਵਿਧਾਇਕ ਸਰਦਾਰ ਕਰਮਜੀਤ ਸਿੰਘ ਘੁੰਮਣ ਜੀ ਨੇ ਟਰੱਕ ਨੂੰ ਹਰੀ ਝੰਡੀ ਦੇ ਕੇ ਮਣੀ ਮਹੇਸ਼ ਨੂੰ ਕੀਤਾ ਰਵਾਨਾ। ਸ੍ਰੀ ਕਾਲੀ ਮਾਤਾ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਹਵਨ ਤੇ ਕੀਰਤਨ ਦਾ ਵਿਵਸਥਾ ਕੀਤੀ ਸੀ ਤੇ ਸਾਰੇ ਭਗਤਾਂ ਨੇ ਇੱਥੇ ਆ ਕੇ ਇਸ ਯਾਤਰਾ ਨੂੰ ਸਫਲ ਬਣਾਇਆ ਤੇ ਇਸ ਵਿੱਚ ਹਲਕਾ ਵਿਧਾਇਕ ਸਰਦਾਰ ਕਰਮਜੀਤ ਸਿੰਘ ਘੁੰਮਣ ਜੀ ਨੇ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਤੇ ਇਹ ਸਾਰੀ ਯਾਤਰਾ ਇਸ ਵਾਰ ਬਾਬਾ ਅੰਮ੍ਰਿਤ ਗਰੀ ਜੀ ਦੇ ਆਸ਼ੀਰਵਾਦ ਦੇ ਨਾਲ ਭੇਜੀ ਗਈ ਤਲਵਾੜਾ ਜੀ ਤੋਂ ਔਰ ਸਾਡਾ ਰਿਹਾਇਸ਼ੀ ਟੈਂਟ ਜਿਹੜਾ ਕਿ ਗੌਰੀ ਕੁੰਟ ਵਿੱਚ ਲੱਗਦਾ ਸਾਰੇ ਭਗਤ ਸਾਡੇ ਟੈਂਟ ਦੇ ਵਿੱਚ ਆ ਕੇ ਰਹਿਣ ਤੇ ਸਾਡੀ ਸੁਵਿਧਾ ਦਾ ਆਨੰਦ ਮਾਨਣ। ਸੋਸ਼ਲ ਵੈਲਫੇਅਰ ਸੁਸਾਇਟੀ ਤਲਵਾੜਾ ਅਤੇ ਦਾਤਾਰਪੁਰ ਜਾ
ਜੈ ਸ਼ਿਵ ਸ਼ੰਕਰ। ਸਾਰੇ ਭਗਤਾਂ ਨੂੰ ਅੱਜ ਮਨੀਮੇਸ਼ ਵੈਲਫੇਅਰ ਸੁਸਾਇਟੀ ਦਾ ਅੱਜ 14ਵਾਂ ਟਰੱਕ ਸ਼੍ਰੀ ਕਾਲੀ ਮਾਤਾ ਮੰਦਿਰ ਤਰਵਾੜਾ ਤੋਂ ਰਵਾਨਾ ਕੀਤਾ ਗਿਆ, ਜਿਸ ਵਿੱਚ ਕਾਲੀ ਮਾਤਾ ਮੰਦਿਰ ਪ੍ਰਬੰਧਕ ਕਮੇਟੀ ਨੇ ਲੰਗਰ ਦਾ, ਹਵਨ ਦਾ ਔਰ ਕੀਰਤਨ ਦਾ ਵਿਵਸਥਾ ਕੀਤੀ ਹੋਈ ਸੀ, ਅਤੇ ਸਾਰੇ ਭਗਤਾਂ ਨੇ ਇੱਥੇ ਆ ਕੇ ਹੁੰਮ ਹੁਮਾ ਕੇ ਇਸ ਯਾਤਰਾ ਨੂੰ ਸਫਲ ਬਣਾਇਆ। ਅਤੇ ਇਸ ਵਿੱਚ ਹਲਕਾ ਵਿਧਾਇਕ ਸਰਦਾਰ ਕਰਮਵੀਰ ਸਿੰਘ ਘੁੰਮਣ ਜੀ ਨੇ ਹਰੀ ਝੰਡੀ ਦੇ ਕੇ ਟਰੱਕ ਨੂੰ ਰਵਾਨਾ ਕੀਤਾ, ਅਤੇ ਇਹ ਸਾਰੀ ਯਾਤਰਾ ਇਸ ਵਾਰ ਬਾਬਾ ਅਮ੍ਰਿਤ ਗਿਰੀ ਜੀ ਦੇ ਆਸ਼ੀਰਵਾਦ ਦੇ ਨਾਲ ਇੱਥੋਂ ਭੇਜੀ ਗਈ ਤਲਵਾੜਾ ਜੀ ਤੋਂ। ਔਰ ਸਾਡਾ ਰਿਹਾਇਸ਼ੀ ਕੰਤ ਜਿਹੜਾ ਹੈਗਾ ਇਹ ਗੋਰੀ ਕੁੰਡ ਵਿੱਚ ਲੱਗਦਾ, ਇਸ ਸਾਰੇ ਭਗਤ ਸਾਡੇ ਟੈਂਟ ਦੇ ਵਿੱਚ ਆ ਕੇ ਠਹਿਰਨ ਔਰ ਸਾਡੀ ਸੁਵਿਧਾ ਦਾ ਆਨੰਦ ਮਾਣਨ ਅਤੇ ਭੋਲੇਨਾਥ ਜੀ ਦੇ ਦਰਸ਼ਨ ਕਰਨ। ਧੰਨਵਾਦ। ਜੋ ਸ਼ਿਵਨ ਤਲੂਜਾ ਜੀ ਨੇ ਦੱਸਿਆ ਹੈ ਸਾਰੀਆਂ ਸੁਵਿਧਾ ਹੋਈ ਸੀਆਂ, ਇਹਦੇ ਵਿੱਚ ਇਹ ਥਾ ਕਿ ਅੱਜ ਇੱਕ ਅਸੀਂ ਜੰਗਮ ਦਾ ਵੀ ਛੋਟਾ ਜਿਹਾ ਇੱਕ ਹਿੱਸਾ ਵਿੱਚ ਉਹਨਾਂ ਦਾ ਕਰਾ ਕੇ ਛੋਟਾ ਜਿਹਾ ਕੀਰਤਨ ਕਰਵਾਇਆ ਨਾ ਸ਼ੁਰੂ, ਜਿਹਦੇ ਵਿੱਚ ਸਾਡੇ ਜਿੰਨੇ ਸ਼ਿਵ ਭਗਤ ਹੈ ਉਹਨਾਂ ਨੇ ਆਨੰਦ ਮਾਣਿਆ। ਅਤੇ ਸਾਡੀ ਯਾਤਰਾ ਤਾਂ ਇਸ ਤਰ੍ਹਾਂ ਹੈ ਜੋ ਸ਼ਿਵਮ ਜੀ ਨੇ ਦੱਸਿਆ ਉਸੇ ਤਰ੍ਹਾਂ ਹੈ, ਲੇਕਿਨ ਇੱਕ ਇਸ ਤਰ੍ਹਾਂ ਹੈ ਕਿ ਪਹਿਲਾ ਪੜਾ ਸਾਡਾ ਹੜਸਰ ਪੈਂਦਾ ਆ, ਉੱਥੇ ਅਸੀਂ ਇੱਕ ਰੂਮ ਰੈਂਟ ਲਿਆ ਹੋਇਆ ਜਿੱਥੇ ਸ਼ਿਵ ਭਗਤ ਠਹਿਰ ਆਉਂਦੇ ਹੈ, ਅਤੇ ਉੱਥੋਂ ਹੀ ਯਾਤਰਾ ਸਟਾਰਟ ਹੁੰਦੀ ਹੈ। ਅਸੀਂ ਸਾਰਿਆਂ ਕੇ ਬੇਨਤੀ ਇਹ ਕਰਾਂਗੇ ਕਿਸੇ ਨੇ ਵੀ ਜਦੋਂ ਮਨੀਮਹੇਸ਼ ਯਾਤਰਾ ਲਈ ਜਾਣਾ ਉਹ ਸਾਡੇ ਉੱਥੇ ਰੂਮ ਦੇ ਵਿੱਚ ਠਹਿਰਨ, ਕਿ ਕਿਸੇ ਦਾ ਕੋਈ ਰੈਂਟ ਦੇ ਰੂਮ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ, ਉੱਥੇ ਸਾਡੀ ਅਵਸਥਾ ਹੈਗੀ ਹੈ, ਰਹਿਣ ਦੇ ਲਈ ਬਿਸਤਰ ਹੈਗੇ ਹੈ, ਮੈਡੀਸਨ ਹੈਗੀ ਹੈ, ਆਕਸੀਜਨ ਸਭ ਕੁਝ, ਦਵਾਈਆਂ ਵਗੈਰਾ ਉੱਥੇ ਅਸੀਂ ਪ੍ਰਬੰਧ ਕੀਤਾ ਹੋਇਆ ਹੈ। ਲੰਗਰ ਨਾਲ ਮੁਕੇਰੀਆਂ ਦੇ ਅਤੇ ਨਾਲ ਇੱਕ ਆਪਣੇ ਨਵਾਂ ਸ਼ਹਿਰ ਵਾਲਿਆਂ ਦਾ ਹੈ, ਉੱਥੇ ਲੰਗਰ ਪ੍ਰਸ਼ਾਦਾ ਛੱਕ ਕੇ ਸਵੇਰੇ ਉੱਥੋਂ ਆਪਣੀ ਯਾਤਰਾ ਸਟਾਰਟ ਕਰ ਸਕਦੇ ਹੈ, ਅਤੇ ਗੋਰੀ ਕੁੰਡ ਜਾ ਕੇ ਰਾਤ ਨੂੰ ਫਿਰ ਸਾਡੇ ਉੱਥੇ ਟੈਂਟ ਦੇ ਵਿੱਚ ਠਹਿਰ ਕੇ ਦੂਸਰੇ ਦਿਨ ਸ਼ਿਵ ਕੁੰਡ ਦਾ ਇਸ਼ਨਾਨ ਕਰਕੇ ਭੋਲੇ ਸ਼ੰਕਰ ਦੇ ਕੈਲਾਸ਼ ਦੇ ਦਰਸ਼ਨ ਕਰ ਸਕਦੇ ਹੈ। ਮੈਂ ਸਾਰੇ ਅੱਗੇ ਸ਼ਿਵ ਭਗਤਾਂ ਅੱਗੇ ਇਹ ਬੇਨਤੀ ਕਰਾਂਗਾ ਕਿ ਇੱਕ ਵਾਰ ਮਨੀਮਹੇਸ਼ ਜ਼ਰੂਰ ਜਾਓ, ਮਨੀਮਹੇਸ਼ ਕਟੇ ਕਲੇਸ਼। ਅੱਜ ਤਲਵਾੜਾ ਦੇ ਕਾਲੀ ਮਾਤਾ ਮੰਦਿਰ ਤੋਂ ਸ਼੍ਰੀ ਮਨੀਮਹੇਸ਼ ਸੇਵਾ ਸੁਸਾਇਟੀ ਵੱਲੋਂ 14ਵੀਂ ਜਿਹੜੀ ਸੇਵਾ ਦੀ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ, ਔਰ ਜਿੱਥੇ ਮੈਂ ਸਮੂਹ ਸੰਗਤ ਨੂੰ ਵਧਾਈ ਦੇਣਾ, ਉੱਥੇ ਜਿੰਨੇ ਵੀ ਪ੍ਰਬੰਧਕ ਨੇ ਉਹਨਾਂ ਦੀ ਚੰਗੀ ਸਿਹਤ ਵਾਸਤੇ, ਉਹਨਾਂ ਦੇ ਪਰਿਵਾਰਾਂ ਦੀ ਚੰਗੀ ਸਿਹਤ ਵਾਸਤੇ, ਉਹਨਾਂ ਦੇ ਪਰਿਵਾਰਾਂ ਦੀ ਤੰਦਰੁਸਤੀ ਵਾਸਤੇ ਮਾੜਾ ਜਿਹਾ ਕਰਦੇ, ਬੜੀ ਲੰਬੇ ਸਮੇਂ ਤੋਂ ਜਿਹੜੀ ਸੇਵਾ ਆ ਕਰਦੇ ਆ ਰਹੇ, ਔਰ ਮੈਂ ਆਪਣੇ ਆਪ ਭਾਗਾਂ ਵਾਲਾ ਚਾਹੁੰਦਾ ਕਿ ਮੈਨੂੰ ਦੂਸਰੀ ਵਾਰ ਜਿਹੜੀ ਬੱਸ ਟਰੱਕ ਜਾ ਰਿਹਾ ਜੀ ਇਹਨੂੰ ਸ਼ੁਰੂ ਕਰਨ ਦਾ ਔਰ ਮਾੜਾ ਜਿਹਾ ਨਾਲ ਖੜ੍ਹਨ ਦਾ ਜਿਹੜਾ ਮੌਕਾ ਹੈ। ਮੈਂ ਸਾਰੀ ਪ੍ਰਬੰਧਕ ਕਮੇਟੀ ਨੂੰ, ਜਿੰਨੇ ਵੀ ਸੇਵਾਦਾਰ ਆ ਜਿਨ੍ਹਾਂ ਨੇ ਆਪਣਾ ਦਿਲ ਖੁੱਲ੍ਹ ਕੇ ਇਸ ਯਾਤਰਾ ਦੇ ਵਿੱਚ ਪਾਇਆ, ਉਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਸਮੂਹ ਤਲਵਾੜਾ ਵਾਸੀਆਂ ਦਾ, ਔਰ ਸਾਰੀ ਸੁਸਾਇਟੀ ਨੂੰ ਮੈਂ ਆਪਣੇ ਵੱਲੋਂ ਬਹੁਤ ਬਹੁਤ ਵਧਾਈ।